ਇਹਦਾ ਹਾਂਜੀ, ਇਹਦਾ ਜਿਹੜਾ ਹੈਗਾ ਉੱਪਰ ਨੂੰ ਤਾਂ ਕਰਦਾ ਕਰਦਾ, ਦੇਖੋ ਜੀ ਉੱਪਰ ਨੂੰ ਤਾਂ ਕਰਦੇ ਕਰਦੇ ਨੇ, ਇਹਦਾ ਥੱਲੇ ਨੂੰ ਵੀ ਕੰਮ ਕਰਦਾ, ਜਿਵੇਂ ਆਪਣੇ 20-25 ਹਾਈਡ੍ਰੋਲਿਕ ਲੱਗੀ ਹੋਈ ਆ, ਕ੍ਰੋਸ ਪੈਂਦਾ ਇਹਨੂੰ ਟਰੈਕਟਰ ਦੀ, ਜਿਹੜਾ ਹੈਗਾ PTO ਘੁੰਮਦੀ ਆ, 1000 ਚੱਕਰ ਦੀ ਇਹਦੀ PTO ਆ, 21 ਜੀਰੀ ਵਾਲੀ, ਅਤੇ ਇਹਦੇ ਵਿੱਚ ਜਿਹੜੀ ਹੈਗੀ ਆ ਇਹਦਾ ਆਪਾਂ ਇਹਦੇ ਨਾਲ ਜਿਹੜਾ ਹੈਗਾ 3 ਫੁੱਟ ਤੱਕ ਦਾ ਰੋਟਾਵੇਟਰ ਚਲਾ ਸਕਦੇ ਹਾਂ, ਥੱਲੇ ਪਾਸੇ ਵੀ ਖੁੱਲ੍ਹ ਜਾਂਦੇ ਨੇ, ਅਤੇ ਹੋਰ ਇਹਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਕੀ ਆ, ਜੇ ਇਹਨੂੰ ਖਾਲੀ ਕਰਨਾ, ਜਿਵੇਂ ਆਪਾਂ ਚਾਰੋਂ ਪਾਸੇ ਖੋਲ੍ਹ ਤੇ, ਆਹ ਲੀਵਰ ਆਪਾਂ ਚੱਕਣਾ ਇੱਥੋਂ ਦੀ ਜਿਹੜੀ ਹੈਗੀ ਆ, ਹੋਰ ਮਤਲਬ ਵੱਧ ਕੰਮ ਲੈਣਾ ਤਾਂ ਫਿਰ ਲੋਹ 'ਚ ਚਲਾ ਲਿਆ, ਸੜਕ 'ਤੇ ਚਲਾਉਣਾ ਜਿਵੇਂ ਟਰਾਲੀ ਟਰੂਲੀ ਪੱਠੇ ਪੁੱਠੇ ਲੈ ਕੇ ਜਾਣੇ ਆ ਤਾਂ ਹਾਈ ਦੇ ਵਿੱਚ। ਸੱਜਣੋ, ਸਵਰਾਜ ਕੰਪਨੀ ਨੇ ਬਹੁਤ ਕਮਾਲ ਦਾ ਪ੍ਰੋਡਕਟ ਕੱਢਿਆ ਛੋਟੇ ਕਿਸਾਨਾਂ ਵਾਸਤੇ। ਇਸ ਪ੍ਰੋਡਕਟ ਦੇ ਉੱਤੇ 50% ਸਬਸਿਡੀ ਵੀ ਆ, ਜੇ ਕੋਈ ਲੈਣੀ ਚਾਹੇ ਤਾਂ ਉਸ ਦੀ ਵੀ ਮਤਲਬ ਆਪਾਂ ਕਹਿ ਸਕਦਾ ਵਰਤੋਂ ਕਰ ਸਕਦਾ। ਇੱਕ ਸਭ ਤੋਂ ਵੱਡੀ ਗੱਲ ਇਹਦੀ ਮੈਂ ਵਰਬਲੀ ਜਾਣਕਾਰੀ ਦੇ ਦਿਆਂ, ਆਪਣੇ ਨਾਲ ਬਾਈ ਹਰਸ਼ ਆ, ਹਰਸ਼ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇਊਗਾ ਇਸ ਪ੍ਰੋਡਕਟ ਬਾਰੇ। ਵੀ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਵੀ 11 ਦੇ ਨੇੜ ਹਾਰਸ ਪਾਵਰ ਦਾ ਇਹ ਇੰਜਣ ਆ, ਪੈਟਰੋਲ ਦਾ ਇੰਜਣ ਆ ਇਹ, ਲੈਫਟ ਇਹਦੀ ਉੱਪਰ ਹੇਠਾਂ ਨੂੰ ਦੋਨੇ ਪਾਸਿਆਂ ਨੂੰ ਕੰਮ ਕਰਦੀ ਹੈ, 3 ਗੇਅਰ ਆ, ਹਾਈ ਲੋ ਆ, PTO ਆ, ਮਤਲਬ ਜਿੰਨੇ ਵੀ ਟਰੈਕਟਰ ਦੇ ਵਿੱਚ ਇੱਕ ਫੀਚਰ ਹੁੰਦੇ ਆ ਉਨੇ ਫੀਚਰਾਂ ਵਾਲਾ ਇਹ ਟਰੈਕਟਰ ਆ ਸੱਜਣੋ। ਅਤੇ ਸਭ ਤੋਂ ਵਧੀਆ ਗੱਲ ਇਹ ਆ ਵੀ ਬਹੁਤ ਥੋੜ੍ਹੀ ਕੀਮਤ 'ਤੇ ਇਹ ਤੁਹਾਨੂੰ ਮਿਲ ਜਾਣਾ, ਅਤੇ ਇਹਦੇ ਨਾਲ ਸਾਰੇ ਤਰ੍ਹਾਂ ਦੀਆਂ ਅਟੈਚਮੈਂਟਾਂ, ਜਿੰਨੀਆਂ ਵੀ ਇੱਕ ਕਿਸਾਨ ਅਟੈਚਮੈਂਟਾਂ ਲਾਉਣੀਆਂ ਚਾਹੁੰਦਾ ਹੁੰਦਾ, ਮਤਲਬ ਸਬਜ਼ੀ ਦੀ ਖੇਤੀ, ਫਲਾਂ ਦੀ ਖੇਤੀ, ਬਾਗ ਦੀ ਖੇਤੀ ਵਾਲਾ ਬੰਦਾ ਇਹਨੂੰ ਵਰਤ ਸਕਦਾ। ਬਾਈ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਨੂੰ ਐਂ ਦੱਸੋ ਵੀ ਇਹ ਇਹਦੀ ਕਾਪੀ ਬਣਦੀ ਹੈ ਕੋਈ? ਨਾ ਜੀ ਨਾ, ਇਹ ਕਾਪੀ ਨਹੀਂ ਬਣਦੇ ਕਿਉਂਕਿ ਇਹ ਪਾਵਰ ਵੀਡਰ ਦੀ ਸ਼੍ਰੇਣੀ ਦੇ ਵਿੱਚ ਆਉਂਦਾ। ਜੀ ਵੀ ਮਤਲਬ ਟਰੈਕਟਰ ਸ਼੍ਰੇਣੀ ਤੋਂ ਬਾਹਰ ਹੈ? ਟਰੈਕਟਰ ਸ਼੍ਰੇਣੀ ਤੋਂ ਬਾਹਰ ਹੈ ਜੀ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਸ਼ਕਲ ਸੂਰਤ ਟਰੈਕਟਰ ਵਰਗੇ ਦਿੱਤੀ ਜਾਂਦੀ ਹੈ, ਕੰਮ ਕਾਰ ਵੀ ਇਹਦਾ ਉਹ ਤੋਂ ਵਾਂਗੂ ਹੀ ਲਿੱਤਾ ਜਾਂਦਾ, ਬਟ ਇਹ ਟਰੈਕਟਰ ਨਹੀਂ ਹੈ, ਪਾਵਰ ਵੀਡਰ ਹੈ ਜਿਹਦੇ ਵਿੱਚ ਹੋਂਡਾ ਕੰਪਨੀ ਦਾ 11.7 ਮਤਲਬ ਆਪਾਂ 12 ਵੀ ਕਹਿ ਸਕਦੇ ਹਾਂ, 12 horsepower ਦਾ ਪੈਟਰੋਲ ਇੰਜਨ ਲੱਗਿਆ ਹੋਇਆ, ਜਪਾਨੀ ਇੰਜਨ ਹੈ ਜੀ, ਹੋਂਡਾ ਦਾ ਤਾਂ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਹੈਗੀ, ਜਪਾਨੀ ਇੰਜਨ ਹੈ ਤਾਂ ਇੰਜਨ ਪੱਖੋਂ ਤਾਂ ਬੰਦਾ ਭੁੱਲ ਜਾਵੇ ਵੀ ਕੋਈ ਦਿੱਕਤ ਹੈ, ਵੀ ਕੋਈ ਜਗਾੜੂ ਚਾਈਨਾ ਮੇਡ ਚੀਜ਼? ਨਾ ਨਾ ਜੀ, ਨਾ ਨਾ ਨਾ, ਪੂਰਾ ਕੰਪਨੀ ਦਾ ਸਮਾਨ ਹੈ, ਹੋਂਡਾ ਦਾ ਇੰਜਨ ਲੱਗਾ ਹੋਇਆ ਜੀ, ਸੈਲਫ ਸਟਾਰਟ ਇੰਜਨ ਆ, ਦੇਖੋ ਸੈਲਫ ਲੱਗੀ ਹੋਈ ਹੈ, ਇੰਜਨ ਦੀ ਜਿਹੜੀ ਕਰੈਂਕ ਹੈ ਉਹ ਸਿੱਧਾ ਦੇਖੋ ਗੇਅਰ ਬਕਸੇ ਦੇ ਅੰਦਰ ਜਾਂਦੀ ਹੈ ਜੀ, ਆਹ ਪਿੱਛੋਂ ਦੀ ਇਹਦਾ ਗੇਅਰ ਬਕਸਾ, ਜਿਹੜਾ ਇਹਦਾ ਗੇਅਰ ਬਕਸਾ ਜੀ ਐਡਾ ਵੱਡਾ ਇਹਦਾ ਗੇਅਰ ਬਕਸਾ, ਆਪਾਂ ਕਹਿ ਸਕਦੇ 3 ਫੁੱਟ ਲੰਬਾ ਹੈਗਾ ਗੇਅਰ ਬਕਸਾ, ਤੇਲ ਦੇ ਵਿੱਚ ਡੁੱਬਿਆ ਰਹਿੰਦਾ, ਜਿਹਦੇ ਅੰਦਰ ਜਿਹੜੀ ਹੈਗੀਆਂ ਨੇ ਜੀ ਸਾਰੀਆਂ ਗਰਾਰੀਆਂ ਹੀ ਗਰਾਰੀਆਂ ਨੇਗੀਆਂ, ਠੀਕ ਹੈ ਜੀ, ਇੱਥੋਂ ਦੀ ਲੈ ਕੇ ਇੱਥੇ ਤੱਕ ਕੋਈ ਚੇਨ ਬੈਲਟ ਪੁਲੀ ਦਾ ਕੋਈ ਸਿਸਟਮ ਨਹੀਂ ਹੈਗਾ, ਪੂਰਾ ਗਰਾਰੀਆਂ ਨਾਲ ਭਰਿਆ ਹੋਇਆ, ਜਿਹਦੇ ਕਰਕੇ ਜ਼ੋਰ ਚਾਹੇ ਕੈੜੀ ਮਿੱਟੀ ਹੋਵੇ, ਚਾਹੇ ਲਾਲ ਕਾਲੀ ਮਿੱਟੀ ਹੋਵੇ, ਚਾਹੇ ਕੱਦੂ ਕਰਨਾ ਹੋਵੇ, ਸਾਰੇ ਪਾਸੇ ਜ਼ੋਰ ਮਾਰੂਗਾ ਬਰਾਬਰ। ਇਹਦੇ ਵਿੱਚ ਹਾਈ ਲੋ ਵੀ ਹੈ ਜੀ, ਹਾਈ ਲੋ ਵੀ ਹੈ, ਮੰਨ ਕੇ ਚੱਲੋ ਵੀ ਮਿੱਟੀ ਆਪਾਂ ਕਹਿੰਦੇ ਜਿਵੇਂ ਕੈੜੀ ਮਿੱਟੀ ਹੈ, ਜੇ ਆਪਾਂ ਲੋੜ ਮਤਲਬ ਵੱਧ ਕੰਮ ਲੈਣਾ ਤਾਂ ਫਿਰ ਲੋਹ 'ਚ ਚਲਾ ਲਿਆ, ਸੜਕ 'ਤੇ ਚਲਾਉਣਾ ਜਿਵੇਂ ਟਰਾਲੀ ਟਰੂਲੀ ਪੱਠੇ ਪੁੱਠੇ ਲੈ ਕੇ ਜਾਣੇ ਆ ਤਾਂ ਹਾਈ ਦੇ ਵਿੱਚ ਚਲਾ ਲਿਆ, 3 ਗੇਅਰ ਇਹਦੇ ਲੋਹ 'ਚ ਨੇ, 3 ਹੀ ਗੇਅਰ ਇਹਦੇ ਹਾਈ 'ਚ ਨੇ, ਅਤੇ ਰਿਵਰਸ ਹੈ, ਅਤੇ 3 ਗੇਅਰਾਂ 'ਚ ਰਿਵਰਸ, 3 ਗੇਅਰ 'ਚ ਰਿਵਰਸ ਵੀ ਹੈ, 3-3 9 ਗੇਅਰ ਨੇ ਇਹਦੇ ਵਿੱਚ, ਸਿੱਧਾ ਹਿਸਾਬ ਇਹਦੇ ਵਿੱਚ, ਹਾਂ ਵੀ ਆਪਾਂ ਕਹਿ ਲਈਏ ਵੀ 9 ਸਪੀਡਾਂ ਦੇ ਵਿੱਚ ਆਉਂਦਾ, ਇੱਧਰਲੇ ਪਾਸੇ ਆਹ ਆਹ ਕਾਹਦੇ ਵਾਸਤੇ ਐਡਜਸਟਮੈਂਟ ਆ, ਆਹ ਕੀ ਹੈ? ਜਿਹੜੀ ਆਹ ਵਾਲੀ ਐਡਜਸਟਮੈਂਟ ਹੈਗੀ ਹੈ ਜੀ, ਇਹ ਆਪਣੀ ਜਿਹੜੀ ਹੈਗੀ ਹੈ PTO ਨੂੰ ਔਨ ਆਫ ਕਰਨ ਦੀ ਆ, ਇਹਦੇ ਵਿੱਚ ਜਿਹੜੀ PTO ਹੈਗੀ ਹੈ ਨਾ, ਮਗਰ ਆਪਾਂ ਦੇਖ ਸਕਦੇ ਹਾਂ PTO ਜਿਹੜੀ ਲੱਗੀ ਹੋਈ ਹੈ ਪਿੱਛੇ, ਆਹ ਦੇਖੋ ਕ੍ਰੋਸ ਪੈਂਦਾ ਨੂੰ ਟਰੈਕਟਰ ਵਾਂਗੂ ਹੀ, ਆਪਾਂ ਪਿੱਛੇ ਇਹਦੇ ਹਾਈਡ੍ਰੋਲਿਕ ਜੀ ਜੀ ਹਾਈਡ੍ਰੋਲਿਕ ਲੱਗੀ ਹੋਈ ਆ, ਕ੍ਰੋਸ ਪੈਂਦਾ ਇਹਨੂੰ ਟਰੈਕਟਰ ਦੀ, ਜਿਹੜਾ ਹੈਗਾ PTO ਘੁੰਮਦੀ ਆ 1000 ਚੱਕਰ ਦੀ ਇਹਦੀ PTO ਆ, 21 ਜੀਰੀ ਵਾਲੀ, ਅਤੇ ਇਹਦੇ ਵਿੱਚ ਜਿਹੜੀ ਹੈਗੀ ਆ ਇਹਦਾ ਆਪਾਂ ਇਹਦੇ ਨਾਲ ਜਿਹੜਾ ਹੈਗਾ 3 ਫੁੱਟ ਤੱਕ ਦਾ ਰੋਟਾਵੇਟਰ ਚਲਾ ਸਕਦੇ ਹਾਂ ਜੀ, ਆਹ 3 ਫੁੱਟ ਦਾ ਦੇਖੋ ਜੀ ਕੰਪਨੀ ਦਾ ਗੇਅਰ ਬਕਸਾ ਲੱਗਿਆ, ਉੱਤੇ ਵੀ ਆ ਦੇਖੋ ਰੋਟਾਵੇਟਰ ਦਾ ਗੇਅਰ ਬਕਸਾ ਲੱਗਿਆ, ਰੋਟਾਵੇਟਰ ਆਪਾਂ ਇਹਨੂੰ ਚਲਾ ਸਕਦੇ ਹਾਂ, ਇਹ ਵੀ ਜਿਹੜਾ ਹੈਗਾ ਰੋਟਾਵੇਟਰ ਸਵਰਾਜ ਕੰਪਨੀ ਦਾ ਹੀ, ਜਿਹਨੂੰ ਆਪਾਂ ਕਹਿੰਦੇ ਵੀ ਅੱਜ ਮਹਿੰਦਰਾ ਨੇ ਜਿਹੜਾ ਹੈਗਾ ਖਰੀਦਿਆ ਹੋਇਆ, ਮਹਿੰਦਰਾ ਸਵਰਾਜ ਇਕੱਠੀ ਹੋ ਕੇ ਜਿਹੜੀ ਹੈਗੀ ਇਹਨੂੰ ਚੀਜ਼ ਨੂੰ ਤਿਆਰ ਕਰਦੀ ਆ, ਤਾਂ ਇਹ ਜਿਹੜਾ 3 ਫੁੱਟ ਦਾ ਰੋਟਾਵੇਟਰ ਹੈ ਜਿਹਦੇ ਅੰਦਰ ਜੇ ਬਲੇਡ ਲੱਗੇ ਹੋਏ ਨੇ, ਜਿਹੜੇ ਡੂੰਘਾਈ ਦੇ ਵਿੱਚ ਆਪਾਂ ਗੱਲ ਕਰੀਏ ਤਾਂ 6 ਇੰਚੀ ਮਤਲਬ ਟਰੈਕਟਰ ਨਾਲੋਂ ਵੱਧ ਜਿਹੜਾ ਹੈਗਾ ਇਹ ਡੂੰਘਾਈ ਲੈ ਕੇ ਜਾਂਦਾ ਜੀ।
ਤੇ ਇਹ ਇਹ ਇਹਦੇ ਨਾਲ ਹੀ ਇਸ ਦੇ ਮੁੱਲ 'ਚ ਹੀ ਆ ਇਹ ਨਾਲ ਮਿਲਦਾ ਜੀ ਇਹਦੇ ਜਿਹੜਾ ਰੋਟਾਵੇਟਰ ਹੈ ਇਸ ਦੇ ਨਾਲ ਕੰਪਨੀ ਜਿਹੜੀ ਹੈਗੀ ਹੈ ਨਾਲ ਦਿੰਦੀ ਹੈ ਤੁਹਾਨੂੰ ਆਹ ਚੀਜ਼ ਮਿਲੂਗੀ ਤਾਂ ਨਾਲ ਤੁਹਾਨੂੰ ਆਹ ਵੀ ਮਿਲੂਗਾ ਹੀ ਮਿਲੂਗਾ ਨਾਲ ਮਤਲਬ ਕਹਿਣ ਤੋਂ ਭਾਵ ਯਾਰ ਇਹ ਤਾਂ ਬਹੁਤ ਘੱਟ ਕੀਮਤ ਦੇ ਵਿੱਚ ਦੋਨੇ ਚੀਜ਼ਾਂ ਮਿਲ ਰਹੀਆਂ ਦੋਨੋਂ ਚੀਜ਼ਾਂ ਮਿਲ ਰਹੀਆਂ ਜੀ ਇੱਕ ਆਪਣਾ ਮਲਟੀ ਯੂਟੀਲਿਟੀ ਆਪਣਾ ਜਿਹੜਾ ਆਪਾਂ ਨੂੰ ਟਰੈਕਟਰ ਕਹਿ ਲਓ ਪਾਵਰ ਵੀਡਰ ਕਹਿ ਲਓ ਕੁਛ ਵੀ ਕਹਿ ਲਓ ਅਤੇ ਨਾਲ ਆਪਾਂ ਨੂੰ ਰੋਟਾਵੇਟਰ ਵੀ ਮਿਲ ਰਿਹਾ ਅਤੇ ਇੱਕ ਯਾਰ ਬਾਈ ਆਹ ਦੇਖੀ ਮੈਂ ਆਹ ਨੋਟ ਕਰ ਰਿਹਾ ਸੀ ਆਹ ਇਹਦੇ ਕਿਉਂ ਲੱਗਿਆ ਹੋਇਆ ਆਹ ਇੱਧਰ ਨੂੰ ਵਧਾ ਕੇ ਲੱਗਿਆ ਹੋਇਆ ਆਹ ਇਹਦਾ ਜਿਹੜਾ ਟਾਇਰ ਆ ਇਹ ਜਿਹੜਾ ਇਹਦਾ ਮਗਰਲਾ ਐਕਸਲ ਹੈ ਨਾ ਜੀ ਜਿਹੜਾ ਹੈਗਾ ਉਹ ਪਿੱਛੇ ਨੂੰ ਟੇਢਾ ਕੀਤਾ ਹੋਇਆ ਗਰਾਊਂਡ ਕਲੀਅਰੈਂਸ ਘਟਾਉਣ ਵਾਸਤੇ ਜੇ ਆਪਾਂ ਇਹਦੀ ਆਪਾਂ ਚਾਹੁੰਦੇ ਵੀ ਆਪਾਂ ਇੱਥੇ ਟਾਇਰ ਵੱਡੇ ਪਾਉਣੇ ਆ ਜਾਂ ਆਪਾਂ ਇਹਦੀ ਹਾਈਟ ਵਧਾਉਣੀ ਹੈ ਜਿਵੇਂ ਆਪਾਂ ਕਿਸੇ ਦੇ ਵਿੱਚ ਮੰਨ ਕੇ ਚੱਲੋ ਜਿਹੜੇ ਮੱਕੀ ਵਾਲੇ ਨੇ ਜੀ ਚਾਹੇ ਸਰੋਂ ਵਾਲੇ ਨੇ ਸੋਇਆਬੀਨ ਵਾਲੇ ਨੇਗੇ ਚਣੇ ਵਾਲੇ ਨੇਗੇ ਉਹਨਾਂ ਚਾਹੁੰਦੇ ਨੇ ਵੀ ਸਾਡੀ ਆਹ ਚੀਜ਼ ਖੇਤ ਦੇ ਅੰਦਰ ਹੀ ਚਲੀ ਜਾਵੇ ਅਤੇ ਸਾਡਾ ਜਿਹੜਾ ਥੱਲੇ ਬੂਟਾ ਲੱਗਿਆ ਉਹਨੂੰ ਨੁਕਸਾਨ ਨਾ ਹੋਵੇ ਤਾਂ ਜਿਹੜਾ ਇਹਦਾ ਐਕਸਲ ਐਂ ਪਿੱਛੇ ਨੂੰ ਟੇਢਾ ਉਹ ਐਂ ਵੀ ਹੋ ਜਾਊਗਾ ਸੋਲੋਟ ਹੋ ਜਾਊਗਾ ਐਂ ਤੋਂ ਐਂ ਹੋ ਜਾਊਗਾ ਜਿਹਦੇ ਨਾਲ ਇਹਦੀ ਹਾਈਟ ਹੋਰ ਵੱਧ ਗਈ ਠੀਕ ਹੈ ਜੀ ਤਾਂ ਗਰਾਊਂਡ ਕਲੀਅਰੈਂਸ ਵਧਣ ਨਾਲ ਇਹ ਤੁਹਾਡਾ ਖੇਤ ਦੇ ਅੰਦਰ ਵੜ ਕੇ ਜਿਹੜਾ ਆਪਾਂ ਹੱਲ ਚਲਾ ਲਈਏ ਜਾਂ ਆਪਾਂ ਕੋਈ ਕੋਈ ਹੋਰ ਸਪਰੇਅ ਦਾ ਕੰਮ ਲੈਣਾ ਮਤਲਬ ਆਪਾਂ ਨੂੰ ਅੰਦਰ ਬਿਠਾ ਕੇ ਲੈ ਕੇ ਜਾ ਸਕਦੇ ਹਾਂ ਉੱਚਾ ਹੋ ਜਾਊਗਾ ਇਹ ਮਤਲਬ ਆਪਾਂ ਕਹਿ ਸਕਦੇ ਕਿ ਇਸ ਤੋਂ ਉੱਚਾ ਹੋ ਜਾਊਗਾ ਮੂਰੇ 8 ਇੰਚ ਉੱਚਾ ਹੋਰ ਹੋ ਜਾਊਗਾ ਵੱਧ ਦੀ ਵੱਧ ਹੋ ਜਾਂਦਾ ਇਹਦੇ ਉੱਚਾ ਹੋਣ ਦੇ ਨਾਲ ਮੂਰਲ ਐਕਸਟੈਂਸ਼ਨਾਂ ਪੈ ਜਾਂਦੀਆਂ ਮਗਰ ਜਿਹੜਾ ਹੈਗਾ ਉੱਚਾ ਲੱਗ ਕੇ ਆਪਾਂ ਨੂੰ ਖੇਤ ਦੇ ਅੰਦਰ ਲੈ ਕੇ ਜਾ ਕੇ ਜਿਹੜਾ ਹੈਗਾ ਖੜੀ ਫਸਲ ਦੇ ਅੰਦਰ ਲੈ ਕੇ ਜਾ ਕੇ ਵੀ ਆਪਾਂ ਕੰਮ ਲੈ ਸਕਦੇ ਸਬਜ਼ੀ ਸੁਬਜ਼ੀਆਂ ਜੇ ਜਿਵੇਂ ਫੂਕ ਕਰਨਾ ਹੋਵੇ ਤਾਂ ਬੜਾ ਆਸਾਨੀ ਨਾਲ ਕਰ ਸਕਦੇ ਆ ਵੀ ਜਿੰਨੀ ਇੱਕ ਵੱਡਾ ਟਰੈਕਟਰ ਪੂਰਾ ਉੱਚਾ ਕਲੀਅਰੈਂਸ ਦਿੰਦਾ ਹਾਂਜੀ ਹਾਂਜੀ ਉਨੀ ਕਲੀਅਰੈਂਸ ਇਹ ਦੇ ਦੋ ਉਨੀ ਕਲੀਅਰੈਂਸ ਜਿਹੜੀ ਹੈਗੀ ਤੁਹਾਨੂੰ ਇਹਦੇ ਵਿੱਚ ਆ ਜਾਏਗੀ ਤੇ ਸਭ ਤੋਂ ਵੱਡੀ ਗੱਲ ਜੀ ਜਿਵੇਂ ਆਪਾਂ ਚਲੋ ਬੰਦੇ ਦਾ ਨੂੰ ਚਲਾ ਸਕਦੇ ਆ ਇਹਨੂੰ ਜਨਾਨੀ ਦਾ ਜਵਾਕ ਵੀ ਆਸਾਨੀ ਨਾਲ ਚਲਾ ਸਕਦੇ ਕਿਉਂ ਇਹਦੀ ਜਿਹੜੀ ਸਿਸਟਮ ਦਿੱਤਾ ਹੋਇਆ ਨਾ ਸਕੂਟਰੀ ਵਾਲਾ ਦਿੱਤਾ ਹੋਇਆ ਜਿਹੜਾ ਆਪਾਂ ਲੂਨਾ ਸਕੂਟਰੀ ਦਾ ਸਿਸਟਮ ਹੈਗਾ ਉਹ ਦਿੱਤਾ ਹੋਇਆ ਆਹ ਰੇਸ ਇੱਥੋਂ ਦੀ ਰੇਸ ਦਿੱਤੀ ਤਾਂ ਚੱਲ ਪਈ ਪੈਰਾਂ ਤੋਂ ਆਪਾਂ ਨੂੰ ਉੱਦਾਂ ਨਹੀਂ ਕੋਈ ਹੈਗਾ ਤੇ ਜੇ ਆਪਾਂ ਚਾਹੁੰਦੇ ਵੀ ਭਾਈ ਕੌਣ ਇਹਨੂੰ ਗੁੱਟ ਨੂੰ ਦੁਖਣ ਲੱਜੂਗਾ ਹਰ ਟਾਈਮ ਤਾਂ ਆਪਾਂ ਇੱਥੋਂ ਰੇਸ ਬੰਨ ਵੀ ਸਕਦੇ ਹਾਂ ਜੀ ਹਾਂ ਇੱਥੇ ਆਹ ਰੇਸ ਬੰਨਣ ਵਾਲੀ ਰੇਸ ਹਾਂ ਇਹ ਬੰਨਣ ਵਾਲੀ ਰੇਸ ਹੋ ਗਈ ਆਹ ਘਟਾਉਣ ਵਧਾਉਣ ਵਾਲੀ ਰੇਸ ਹੋ ਗਈ ਆ ਆਹ ਲਾਈਟਾਂ ਦਾ ਸਿਸਟਮ ਵੀ ਇਹਦੇ ਵਿੱਚ ਆ ਦੇਖੋ ਪੂਰੀ ਲਾਈਟ ਦਿੱਤੀ ਹੋਈ ਆ ਇੱਥੇ ਮੀਟਰ ਵੀ ਦਿੱਤਾ ਹੋਇਆ ਡਿਜੀਟਲ ਕਿਲੋਮੀਟਰ ਵਾਲਾ ਸਿਸਟਮ ਦਿੱਤਾ ਹੋਇਆ ਇਹਦੇ ਅੰਦਰ ਅਭੀ ਕਿੰਨੇ ਕਿੰਨੇ ਆਪਣਾ ਕਿੰਨੇ ਘੰਟੇ ਘੰਟੇ ਜਿਹੜਾ ਹੈਗਾ ਕਿੰਨੇ ਘੰਟੇ ਜਿਹੜਾ ਹੈਗਾ ਇਹ ਇੰਜਨ ਜਿਹੜਾ ਹੈਗਾ ਤਾਂ ਚੱਲ ਪਿਆ ਇੰਜਨ ਦੇ ਜਿਹੜੇ ਘੰਟੇ ਵਾਲਾ ਆਵਰ ਮੀਟਰ ਵੀ ਇਹਦੇ ਵਿੱਚ ਲੱਗਿਆ ਹੋਇਆ ਜਿਹੜਾ ਲਿਫਟ ਸਿਸਟਮ ਆ ਉਹ ਅੱਗੇ ਆਪਾਂ ਆਫ ਰਿਕਾਰਡ ਗੱਲ ਕਰਦੇ ਸੀ ਉੱਪਰ ਨੀਚੇ ਦੋਨੇ ਪਾਸੇ ਨੂੰ ਕੰਮ ਕਰਦਾ ਇਹਦਾ ਹਾਂਜੀ ਇਹਦਾ ਜਿਹੜਾ ਹੈਗਾ ਉੱਪਰ ਨੂੰ ਤਾਂ ਕਰਦਾ ਦੇਖੋ ਜੀ ਉੱਪਰ ਨੂੰ ਕਰਦੇ ਕਰਦੇ ਨੇ ਇਹਦਾ ਥੱਲੇ ਨੂੰ ਵੀ ਕੰਮ ਕਰਦਾ ਜਿਵੇਂ ਆਪਣੇ T25 ਪੁਰਾਣੇ ਮਤਲਬ ਰੂਸੀ ਟਰੈਕਟਰਾਂ ਦੇ ਵਿੱਚ ਆਉਂਦਾ ਹਾਂਜੀ ਹਾਂ ਉਹੀ ਸਿਸਟਮ ਇਹਦੇ ਵਿੱਚ ਹੈ ਕਿ ਜਿਹਦੇ ਨਾਲ ਆਪਾਂ ਜਿਹੜਾ ਹੈਗਾ ਹੋਰ ਵਧੀਆ ਆਪਾਂ ਜਿਹੜਾ ਕੰਮ ਇਹ ਤੋਂ ਲੈ ਸਕਦੇ ਹਾਂ ਜਿਵੇਂ ਟਾਇਰ ਬਦਲਨੇ ਆ ਜਾਂ ਆਪਾਂ ਇਹਦੇ ਜਦੋਂ ਇਹਨੂੰ ਉੱਚਾ ਕਰਨਾ ਥੱਲਿਓਂ ਤਾਂ ਜਿਹੜਾ ਮਤਲਬ ਟਾਇਰ ਫ੍ਰੀ ਹੋ ਜਾਣਗੇ ਟਾਇਰਾਂ ਦਾ ਲੋਡ ਜਿਹੜਾ ਹੈਗਾ ਉਹ ਘੱਟ ਜਾਏਗਾ ਬੰਦਾ ਆਸਾਨੀ ਨਾਲ ਜਿਹੜਾ ਹੈਗਾ ਇਹਨੂੰ ਖੋਲ ਭੇੜ ਕੇ ਕੰਮ ਕਰ ਸਕਦਾ ਇਹਦੇ ਉੱਤੇ ਹਾਂ ਜਿਵੇਂ ਆਪਾਂ ਇਹਨੂੰ ਕਲੀਅਰੈਂਸ ਵਧਾਉਣੀ ਆ ਤਾਂ ਉਦੋਂ ਇਹਦੇ ਨਾਲ ਹੀ ਚੱਕ ਕੇ ਹਾਂਜੀ 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 ਬੜੇ ਸੌਖੇ ਤਰੀਕੇ ਨਾਲ ਜਿਹੜਾ ਹੈਗਾ ਇਹਨੂੰ ਕਰ ਸਕਦੇ ਮਤਲਬ ਜਿਹੜਾ ਆਪਣਾ ਬੰਦਾ ਜਿਹੜਾ ਹੈਗਾ ਬਾਗਬਾਨੀ ਦੀ ਖੇਤੀ ਕਰਦਾ ਬੰਦਾ ਜਿਹੜਾ ਹੈਗਾ ਜਿਹਦੇ ਕੋਲ ਜ਼ਮੀਨ ਘੱਟ ਹੈ ਠੀਕ ਹੈ ਜੀ ਪਾਪੂਲਰ ਲਾਉਂਦੇ ਨੇ ਸਬਜ਼ੀਆਂ ਉਹਨੂੰ ਜਿਵੇਂ ਮੰਨ ਕੇ ਚਲੋ ਕਿੰਨੂਆਂ ਦਾ ਬਾਗ ਹੈ ਜੀ ਕਿੰਨੂਆਂ ਦੇ ਵਿੱਚ ਕੀ ਹੁੰਦਾ ਕਿੰਨੂਆਂ ਜਿਹੜਾ ਸ਼ਾਖਾ ਫੈਲਦੇ ਨਾ ਉਹਦੇ ਵਿੱਚ ਟਰੈਕਟਰ ਨਹੀਂ ਘੁੱਸ ਸਕਦਾ ਫੁੱਲ ਖਰਾਬ ਹੋਣਗੇ ਠੀਕ ਹੈ ਸ਼ਾਖਾ ਬੰਦਰ ਬਚਦੀਆਂ ਉਹਦੇ ਵਿੱਚ ਛੋਟਾ ਟਰੈਕਟਰ ਜਿਹੜਾ ਹੈਗਾ ਆਰਾਮ ਨਾਲ ਥੱਲੋਂ ਨਾ ਘੁੱਸ ਕੇ ਚਲਾ ਜਾਂਦਾ ਗੰਨੇ ਦੀ ਖੇਤੀ ਕਰਦਾ ਗੰਨੇ ਦੇ ਵਿੱਚ ਮਿੱਟੀ ਲਾਉਣੀ ਆ ਜਿਹੜੀ ਗੰਨੇ ਤੇ ਮਿੱਟੀ ਲਾਉਣੀ ਹੈ ਟਰੈਂਚ ਵਾਲਾ ਗੰਨਾ ਲਾਉਂਦੇ ਹਾਂ 3 ਫੁੱਟ 4 ਫੁੱਟ ਤੇ ਗੰਨਾ 5 ਫੁੱਟ ਤੇ ਗੰਨਾ ਲਾਉਂਦੇ ਆ ਠੀਕ ਹੈ ਜੀ ਉਹਦੇ ਉੱਤੇ ਆਪਾਂ ਮਿੱਟੀ ਲਾਉਣੀ ਆ ਉਹਦਾ ਵਧੀਆ ਤਰੀਕੇ ਨਾਲ ਡੂੰਘਾਈ ਨਾਲ ਗੁੜਾਈ ਕਰਨੀ ਹੈ ਠੀਕ ਹੈ ਜੀ ਕਿਉਂਕਿ ਗੰਨਾ ਜਿਹੜਾ ਹੈਗਾ ਜਿਵੇਂ ਉੱਪਰ ਨੂੰ ਇਕੱਠਾ ਹੋ ਜਾਂਦਾ ਤਾਂ ਟਰੈਕਟਰ ਜਿਹੜਾ ਹੈਗਾ ਨਹੀਂ ਵੜ ਪਾਉਂਦਾ ਤਾਂ ਵੀ ਥੱਲੋਂ ਦੀ ਆਰਾਮ ਨਾਲ ਬੰਦਾ ਘੁੱਸ ਸਕਦਾ ਤੇ ਸਭ ਤੋਂ ਵੱਡੀ ਗੱਲ ਬੰਦਾ ਥੱਕਦਾ ਨਹੀਂ ਰੇਟ ਕਿੰਨਾ ਹੈਗਾ ਬਾਈ ਇਹਦਾ ਜਿਹੜਾ ਤਾਂ ਇਹਦਾ ਰੇਟ ਹੈਗਾ ਜੀ ਵੈਸੇ ਤਾਂ ਹੈਗਾ ਇਹਦਾ ਤਕਰੀਬਨ ਪੈਂਦਾ 2,80,000 ਪਰ ਕੰਪਨੀ ਨੇ ਜਿਹੜਾ ਹੈਗਾ ਤੇ ਸਕੀਮ ਕੱਢੀ ਹੋਈ ਹੈ ਠੀਕ ਹੈ ਸਪੈਸ਼ਲ ਇਹਦਾ ਜਿਹੜਾ ਹੈਗਾ ਆਪਣਾ 15 ਅਗਸਤ ਦੀ ਸਕੀਮ ਚੱਲਦੀ ਪਈ ਹੈ ਇੰਡੀਪੈਂਡ ਤਾਂ ਇਹਦੇ ਉੱਤੇ ਜਿਹੜੀ ਹੈਗੀ 5,000 ਦੀ ਛੂਟ ਕਰਕੇ 2,75,000 ਦਾ
2,75,000 ਦਾ ਇਹ ਕਿਸਾਨਾਂ ਨੂੰ ਮਿਲੂਗਾ ਜੇ ਕਿਸੇ ਨੇ ਨਕਦ ਲੈਣਾ। ਜੇ ਕਿਸੇ ਨੇ ਦੀ ਸਬਸਿਡੀ ਆ ਜਾਂਦੀ ਆ, ਹਾਂਜੀ ਹਾਂ, ਮੰਨ ਲਓ ਲੈ ਵੇ ਤੇ ਸਬਸਿਡੀ ਆ ਜਾਂਦੀ ਆ, ਸਬਸਿਡੀ ਵਾਲਾ ਤਾਂ ਜਿਹੜਾ ਹੈਗਾ ਜੀ ਹੋਰ ਵੀ ਵਧੀਆ। ਤੁਹਾਨੂੰ ਮੈਂ ਦੱਸਦਾ ਇਸ ਟਾਈਮ ਜਿਹੜੀ ਹੈਗੀ ਨਾ ਪੰਜਾਬ ਦੇ ਅੰਦਰ ਜਿਹੜੀ ਹੈਗੀ ਆ ਸਕੀਮ ਚੱਲ ਰਹੀ ਹੈ, ਜਿਹੜੇ ਵੀ ਆਪਣੇ ਐਸਸੀ ਹੈਗੇ ਕੈਟਾਗਰੀ ਦੇ ਬੰਦੇ ਨੇ ਉਹ ਇਹਦੇ ਉੱਤੇ 50% ਸਬਸਿਡੀ, ਮਤਲਬ ਅੱਧਾ ਮੁੱਲ ਤੁਹਾਨੂੰ ਸਰਕਾਰ ਜਿਹੜਾ ਹੈਗਾ ਉਹ ਵਾਪਸ ਕਰ ਦੇਗੀ। 50% ਸਬਸਿਡੀ ਇਹਦੇ ਉੱਤੇ ਚੱਲ ਰਹੀ ਹੈ ਇਸ ਟਾਈਮ ਪੰਜਾਬ ਦੇ ਵਿੱਚ, ਮਤਲਬ 1,40,000 ਰੁਪਏ ਦੇ ਵਿੱਚ ਉਹਨਾਂ ਨੂੰ 50% ਸਬਸਿਡੀ ਨਾਲ ਆ ਰਹਿ ਜੂਗਾ ਤੇ ਆ ਰਹਿ ਜੂ। ਹਾਂ, ਮਤਲਬ ਆਹ ਜਿੰਨਾ ਖੜਾ ਸੀ ਜਿਹੜੀ ਤੁਹਾਨੂੰ ਚੀਜ਼ ਮਿਲ ਰਹੀ ਇੱਥੋਂ ਦੀ ਇੱਥੇ, ਇਹ 1,37,500 ਦੀ ਰਹਿ ਜਾਣੀ ਹੈ, 1,40 ਤੋਂ ਵੀ ਥੱਲੇ ਪੈ ਜਾਣੀ, 1,37,500 ਦੀ ਰਹਿ ਜਾਣੀ ਹੈ। ਤੇ ਇਹਦੀ ਕੋਈ ਕਾਪੀ ਨਹੀਂ ਬਣਦੀ, ਕੁਛ ਨਹੀਂ, ਨਾ ਇਹਦੀ ਕੋਈ ਕਾਪੀ ਬਣਦੀ ਹੈ ਜੀ, ਨਾ ਇਹਦੀ ਕੋਈ ਆਰਸੀ ਬਣਦੀ ਹੈ, ਨਾ ਤੁਹਾਨੂੰ ਕੋਈ ਇਹਦੇ ਵਾਸਤੇ ਪੁਲਿਸ ਵਾਲਾ ਤੰਗ ਕਰ ਸਕਦਾ, ਕੋਈ ਕੁਛ ਨਹੀਂ ਹੈਗਾ, ਓਫੀਸ਼ੀਅਲੀ ਕੰਮ ਹੈ ਇਹਦੇ ਵਿੱਚ। ਹਾਂ ਵੀ ਇਹ ਇੱਕ ਜੈਨੂਅਨ ਤੇ ਭਾਰਤ ਦੀ ਸਭ ਤੋਂ ਕਿਸਾਨਾਂ ਦੀ ਭਰੋਸੇਮੰਦ ਕੰਪਨੀ ਵੱਲੋਂ ਬਣਾਇਆ ਗਿਆ ਪ੍ਰੋਡਕਟ। ਦੇਖੋ ਜੀ, ਸਵਰਾਜ ਆਪਾਂ ਕਹਿੰਦੇ ਪੰਜਾਬ ਦੀ ਪਹਿਲੀ ਕੰਪਨੀ, ਹਿੰਦੁਸਤਾਨ ਦੀ ਪਹਿਲੀ ਕੰਪਨੀ ਸੀ ਜਿਨ੍ਹਾਂ ਨੇ ਟਰੈਕਟਰ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਇੰਡੀਆ ਦੇ ਵਿੱਚ ਬਣਾਉਣਾ ਸ਼ੁਰੂ ਕੀਤਾ ਸੀਗਾ, ਠੀਕ ਹੈ ਜੀ, ਨਹੀਂ ਤਾਂ ਬਾਹਰਲੀ ਕੰਪਨੀ ਇੱਥੇ ਆ ਕੇ ਕੰਮ ਕਰਦੀਆਂ ਸੀਗੀਆਂ। ਤਾਂ ਇਹਦੇ ਵਿੱਚ ਜਿਹੜਾ ਲੱਗਿਆ ਹੋਇਆ ਆਪਾਂ ਕਹਿੰਦੇ ਦੇਸ਼ ਦਾ ਲੋਹਾ ਲੱਗਿਆ ਹੋਇਆ, ਦੇਸ਼ ਦੀ ਮਿਹਨਤ ਲੱਗੀ ਹੋਈ ਹੈ, ਠੀਕ ਹੈ, ਪੰਜਾਬ ਦੀ ਮਿੱਟੀ ਦਾ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਉਹ ਇਹਦੇ ਖੂਨ ਦੇ ਵਿੱਚ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ। ਤੇ ਇਹਦੇ ਨਾਲ ਵੀ ਅਟੈਚਮੈਂਟ ਜੇ ਹੋਰ ਲੈਣੀ ਹੋਵੇ ਤੁਹਾਡੇ ਕੋਲੋਂ ਲੈਣੀਆਂ ਹੋਣ ਅਟੈਚਮੈਂਟਾਂ, ਦੇਖੋ ਜੀ ਇਹਦੇ ਵਿੱਚ ਇੱਕ ਤਾਂ ਆਪਾਂ ਰੋਟਾਵੇਟਰ ਦੇਖ ਲਿਆ ਤੇ ਕੰਪਨੀ ਵੱਲੋਂ ਕਲਟੀਵੇਟਰ ਵੀ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਉਹ ਕੰਪਨੀ ਦੇ ਵਿੱਚ ਆਪਸ਼ਨ ਹੈਗੀ ਆ ਵੀ ਜੇ ਕਿਸੇ ਨੇ ਕਲਟੀਵੇਟਰ ਲਾਉਣਾ ਕਲਟੀਵੇਟਰ ਵੀ ਲਾ ਸਕਦਾ। ਜੇ ਰੋਟਾਵੇਟਰ ਨਹੀਂ ਲੈਣਾ ਕਲਟੀਵੇਟਰ ਲੈਣਾ ਤਾਂ ਕਲਟੀਵੇਟਰ ਵੀ ਲਾ, ਜਿਵੇਂ ਆਪਾਂ ਮੰਨ ਕੇ ਲਓ ਮੱਕੀ ਦੇ ਵਿੱਚ ਕਿਸੇ ਨੇ ਚਲਾਉਣਾ ਜਾਂ ਕਿਸੇ ਨੇ ਸੋਇਆਬੀਨ 'ਚ ਚਲਾਉਣਾ, ਠੀਕ ਹੈ ਜੀ, ਚਨੇ 'ਚ ਚਲਾਉਣਾ, ਤਾਂ ਉਹਦੇ ਵਿੱਚ ਰੋਟਾਵੇਟਰ ਨਹੀਂ, ਉਹ ਕਲਟੀਵੇਟਰ ਦਾ 5 ਤਰਫਾ ਜੀ ਇਹਦਾ ਕਲਟੀਵੇਟਰ ਹੈ, ਠੀਕ ਹੈ ਜੀ, ਆਹ ਕਲਟੀਵੇਟਰ ਵੀ। ਤੇ ਜਦ ਇਹਦੀ ਆਪਾਂ ਨੂੰ ਸਿੱਧਾ ਕਰਕੇ ਤੁਹਾਨੂੰ ਮੈਂ ਦੱਸਿਆ ਨਹੀਂ ਐਕਸਲ ਸਿੱਧਾ ਕਰ ਲੈਂਦੇ ਹਾਂ, ਹੋਰ ਟਰੈਕਟਰ ਉੱਚਾ ਹੋ ਜਾਂਦਾ, ਤਾਂ ਇਹਦੀਆਂ ਟਾਈਨਾਂ ਵੀ ਫਿਰ ਲੰਬੀਆਂ ਆਉਂਦੀਆਂ ਨੇ ਕੰਪਨੀ ਵੱਲੋਂ ਸਪੈਸ਼ਲ, ਜਿਹਦੇ ਵਿੱਚ ਇਹਦੇ ਨਾਲ ਹੋਰ ਡੂੰਘਾਈ ਲੈ ਕੇ ਚੱਲਦਾ। ਹਾਂ, ਇਹਦੀਆਂ ਟਾਈਨਾਂ ਵੀ ਲੰਬੀਆਂ ਆ ਜਾਣਗੀਆਂ, ਉਹਦੇ ਨਾਲ ਜਿਵੇਂ ਨਰਮਾ ਨੁਰਮਾ ਸਿਲਣਾ, ਨਰਮਾ ਨੁਰਮਾ ਸਿਲਣਾ ਬੜਾ ਸੌਖੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਸਿਲ ਸਕਦੇ ਹਾਂ, ਜਾਂ ਗੰਨਾ ਜਿਵੇਂ ਛੋਟਾ ਉਹਦੇ ਵਿੱਚ ਵੀ ਆਪਾਂ ਚਲਾਉਣਾ ਨਾ, ਹਲ ਹੁਲ ਫੇਰਨੇ ਆ, ਵਧੀਆ ਤਰੀਕੇ ਨਾਲ ਆਪਾਂ ਹਲ ਇਹਦੇ ਨਾਲ ਫੇਰ ਸਕਦੇ ਹਾਂ। ਤੇ ਜੇ ਕਿਸੇ ਬੰਦੇ ਨੇ ਉਹ ਵੀ ਲੈਣਾ ਤੇ ਨਾਲ ਆਹ ਵੀ ਲੈਣਾ, ਫਿਰ ਕੱਲੀ ਅਟੈਚਮੈਂਟ ਆ ਮਿਲ ਜੂਗੀ? ਕੱਲੀ ਅਟੈਚਮੈਂਟ ਵੀ ਮਿਲ ਜਾਂਦੀ, ਦੇਖੋ ਉਹ, ਹਾਂ ਉਹ ਤਾਂ ਮੁੱਲ ਮਿਲ ਜਾਂਦੇ ਜੀ, ਬਾਕੀ ਇਹ ਕੋਈ ਬਾਹਲੀ ਵੱਡੀ ਵੱਡੀ ਆਈਟਮ ਵੀ ਨਹੀਂ ਹੈਗੀ, ਇਹ ਤਾਂ ਅੱਜ ਕੱਲ੍ਹ ਪਿੰਡਾਂ ਪਿੰਡਾਂ ਦੇ ਵਿੱਚ ਹੱਲ ਬਣਦੇ ਨੇ, ਠੀਕ ਹੈ ਜੀ, ਬੰਦਾ ਇੱਥੋਂ ਆਵੇ ਜਦ ਇਹ ਲੈਣਾ ਹੋਵੇ ਨਾਲ ਇਹਦੀ ਫੋਟੋ, ਚਾਹੇ ਅਸੀਂ ਫੋਟੋ ਭੇਜ ਦਾਂਗੇ ਤਾਂ ਡਿਜ਼ਾਇਨ ਭੇਜ ਦਾਂਗੇ, ਉੱਥੇ ਵੀ ਬਣਵਾ ਸਕਦਾ, ਉੱਥੋਂ ਵੀ ਲੈ ਸਕਦਾ, ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਇਹਦੇ ਵਿੱਚ, ਪੰਜਾਬੀਆਂ ਲਈ ਤਾਂ ਉਹ ਨਹੀਂ ਕੋਈ ਖਾਸ ਗੱਲ। ਆਹ ਪੱਠੇ ਵੱਢਣ ਨੂੰ ਜੇ ਲੈਣਾ ਹੋਵੇ ਨਾਲ, ਇਹਦੇ ਉੱਤੇ ਲੱਗ ਜਾਂਦਾ ਕਣਕ ਵੱਢਣੀ ਆ, ਜਿਵੇਂ ਲੋਕੀ ਨਾ ਇੱਧਰ ਹੁਸ਼ਿਆਰਪੁਰ ਸਾਈਡ ਇੱਧਰ ਪੋਪੂਲਰ ਦੇ ਵਿੱਚ ਕਣਕ ਬੀਜ ਦਿੰਦੇ ਨੇ, ਠੀਕ ਆ, ਤਾਂ ਉਹਦੇ ਵਿੱਚ ਫਿਰ ਜਾਂ ਤਾਂ ਹਾਥੀ, ਕਿਉਂਕਿ ਕਮੈਨ ਕਮੂਨਾਂ ਤਾਂ ਵੱਢੀ ਜਾ ਸਕਦੀ, ਹਾਥੀ ਵੱਢਦੇ ਨੇ ਉਹਨਾਂ ਲਈ ਆ ਰੀਪਰ ਵੀ ਲੱਗ ਜਾਂਦਾ, ਆਪਾਂ ਕਣਕ ਵੱਢਣੀ ਆ, ਆਪਾਂ ਪੱਠੇ ਵੱਢਣੇ ਆ, ਆਪਾਂ ਸਰੋਂ ਵੱਢਣੀ ਆ, ਉਹ ਵੀ ਚੀਜ਼ ਆਪਾਂ ਇਹਦੇ ਨਾਲ ਵੱਢ ਸਕਦੇ ਹਾਂ। ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਇਹ ਰੀਪਰ ਵੀ ਜੇ ਆਪਾਂ ਇਹਦੇ ਨਾਲ ਅਟੈਚਮੈਂਟ ਲੈ ਲਾਂਗੇ ਤਾਂ ਰੀਪਰ ਮਗਰ ਵੀ ਪੈ ਜਾਂਦਾ, ਮੂਹਰੇ ਵੀ ਪੈ ਜਾਂਦਾ? ਦੋ ਤਰੀਕੇ ਦਾ ਰੀਪਰ ਆਉਂਦਾ ਜੀ, ਇੱਕ ਤਾਂ ਆਉਂਦਾ ਜਿਹੜਾ ਇਹਦੇ ਪਿੱਛੇ ਵਾਲੀ ਪੀਟੀਓ ਤੇ ਕੰਮ ਕਰਦਾ, ਹਾਂਜੀ, ਠੀਕ ਆ, ਜੇ ਪਿੱਛੇ ਵਾਲੀ ਪੀਟੀਓ ਤੇ ਕੰਮ ਕਰਨ ਲਈ ਫਿਰ ਇਹਦੇ ਵਿੱਚ ਸਿਸਟਮ ਹੋਰ ਆ ਜੀ, ਫਿਰ ਜਿਹੜਾ ਇਹਦਾ ਹੈਂਡਲ ਹੈਗਾ ਇਹ ਘੁੰਮ ਕੇ ਆ ਜਾਂਦਾ ਇੱਧਰਲੀ ਤਰਫ ਇੰਜਨ ਦੇ ਵੱਲ ਨੂੰ, ਉਹ ਕੁਰਸੀ ਦੇ ਚਾਰ ਨਾਟਾ ਥੱਲੋਂ ਖੁੱਲ ਕੇ ਉਹ ਵੀ ਕਸੀ ਜਾਂਦੀ ਇੱਧਰ ਨੂੰ, ਫਿਰ ਇਹ ਬੰਦਾ ਇੱਧਰ ਨੂੰ ਪੁੱਠੇ ਲੋਟ ਚਲਾਉਂਦਾ ਇਹਨੂੰ ਬੈਕ, ਕਿਉਂਕਿ ਬੈਕ 'ਚ ਵੀ 3 ਗੇਅਰ ਨੇ, 3 ਗੇਅਰ ਅੱਗੇ ਸਪੀਡਾਂ ਉਹ ਉੱਧਰ ਨੂੰ, ਹਾਂ ਉੱਧਰ ਨੂੰ ਚੱਲੂਗਾ। ਅਤੇ ਜੇ ਬਾਈ ਚਾਂਸ ਬੰਦਾ ਕਹਿੰਦਾ ਨਹੀਂ ਜੀ ਮੈਂ ਤਾਂ ਮੂਹਰੇ ਹੀ ਚਾਹੀਦਾ ਮੈਨੂੰ ਛੋਟੇ ਟੈਨਾਂ ਵਾਲੇ ਪਾਸੇ, ਤਾਂ ਉਹ ਮੂਹਰੇ ਵਾਲਾ ਵੀ ਰੀਪਰ ਇਹਦੇ ਵਿੱਚ ਆਉਂਦਾ, ਫਿਰ ਪੂਰੀ ਕਿੱਟ ਆਉਂਦੀ ਆ ਉਹਦੇ ਵਿੱਚ ਮਗਰਲੀ ਪੀਟੀਓ ਤੋਂ, ਮੂਹਰੇ ਪਾਸੇ ਆ ਕੇ ਵੀ ਜਿਹੜਾ ਹੈਗਾ ਬੰਦਾ ਕੰਮ ਲੈ ਸਕਦਾ। ਲਓ ਜੀ, ਜਾਂ ਤਾਂ ਸੀਟ ਐਡਜਸਟ ਕਰ ਲਓ, ਹਾਂ, ਤੇ ਜਾਂ ਫਿਰ ਮੂਹਰੇ ਲਾ ਲਓ, ਮੂਹਰੇ ਲਾ ਲਓ, ਜਿਵੇਂ ਬੰਦਾ ਤੁਹਾਨੂੰ ਜਿਵੇਂ ਸੁੱਟ ਵਾਲਾ, ਦੋਨੋਂ ਤਰੀਕੇ ਦੀ ਆਪਸ਼ਨ ਆਪਣੇ ਇਹਦੇ ਵਿੱਚ ਹੈਗੀ ਆ। ਤੇ ਇੱਕ ਆ ਜਿਵੇਂ ਆਪਾਂ ਟਰਾਲੀ ਲਾ ਕੇ 200 ਲੀਟਰ ਦੀ ਟੈਂਕ ਢੋਲ ਲਾਇਆ ਹੋਇਆ ਰਿਹਾ ਮਗਰ, ਠੀਕ ਆ ਜੀ, ਇਹਦੇ ਵਿੱਚ ਪਾਣੀ ਪਾ ਕੇ ਇਹਦੇ ਨਾਲ ਸਪਰੇ ਦਾ ਕੰਮ ਕਰਨਾ, ਤੇ ਪੈਪ ਲਿਪਟ ਜਾਂਦੀ ਆ, ਪੈਪ ਲਪੇਟ ਕੇ ਆਪਾਂ ਸਪਰੇ ਦਾ ਕੰਮ ਕਰਨਾ, ਉਹ ਵੀ ਆਪਾਂ ਇਹਦੇ ਨਾਲ ਕਰ ਸਕਦੇ ਹਾਂ।
ਹਾਂ, ਜਿਹੜੇ ਇਹਦੇ ਉੱਤੇ ਪੰਪ ਲੱਗ ਜੂਗਾ, ਪੰਪ ਲਾ ਦਿਓ, ਬੰਦੇ ਕੋਲ ਤੁਹਾਡੇ ਕੋਲ ਆਪਣਾ ਪੰਪ ਹੈਗਾ ਉਹ ਲਾ ਦਿਓ, ਨਹੀਂ ਤਾਂ ਸਾਨੂੰ ਕਹੋਗੇ ਅਸੀਂ ਲਾ ਕੇ ਦੇ ਦਾਂਗੇ, ਦੋਨੋਂ ਆਪਸ਼ਨਾਂ ਹੈਗੀਆਂ ਨੇਗੀਆਂ। ਆ ਟਰਾਲੀ ਮਤਲਬ ਇਹ ਤਾਂ ਕਹਿਣ ਦਾ ਭਾਵ ਹੈ ਜੀ, ਇਹ ਤਾਂ ਬੰਦੇ ਆਪ ਵੀ ਬਣਾ ਲੈਂਦੇ, ਅਸੀਂ ਤਾਂ ਲੋਕਾਂ ਨੂੰ ਦਿਖਾਉਣ ਦਾ ਮਕਸਦ ਹੈ ਵੀ ਆਹ ਚੀਜ਼ਾਂ ਤਾਂ ਵੀ ਕੰਮ ਆਪਾਂ ਇਹ ਤੋਂ ਲੈ ਸਕਦੇ, ਇਹਦੀ ਸ਼ਮਤਾ ਹੈਗੀ ਉਹ ਜਿਹਾ ਕੰਮ ਕਰਨ ਦੀ, ਵੀ ਆਹ ਸਿਰਫ ਚੀਜ਼ਾਂ ਤਾਂ ਇਸ ਕਰਕੇ ਦਿਖਾਈਆਂ ਗਈਆਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਮਗਰ ਅਟੈਚਮੈਂਟ ਹੈ, ਇਸ ਤਰ੍ਹਾਂ ਦੀਆਂ ਲੋਕੀ ਆਪ ਵੀ ਬਣਾ ਸਕਦੇ, ਨਹੀਂ ਬਣ ਸਕਦੇ ਸਾਨੂੰ ਕਹਿਣਗੇ ਅਸੀਂ ਵੀ ਬਣਾ ਕੇ ਦੇ ਦਾਂਗੇ, ਐਡੀ ਕੋਈ ਗੱਲ ਨਹੀਂ। ਹਾਂ, ਤੇ ਆਹਾ ਜੇ ਆਹ ਪੱਠੇ ਪੁੱਠੇ ਜਿਵੇਂ ਆਪਾਂ ਲੈ ਕੇ ਆਣੇ ਹੁਣ, ਠੀਕ ਹੈ ਜੀ, ਜਿਵੇਂ ਆਪਾਂ ਚਾਹੇ ਭਈਏ ਨੂੰ ਮਗਰ ਬਿਠਾ ਕੇ ਲੈ ਕੇ ਜਾਣਾ, ਚਲੋ ਚੱਲ ਚੱਲੀਏ ਉੱਥੇ ਖੇਤਰੇ ਵਿੱਚ, ਜਾਂ ਆਪਾਂ ਰਿਓ ਲੈ ਕੇ ਜਾਣਾ ਹੋਵੇ, ਆਪਾਂ ਖਾਦ ਲੈ ਕੇ ਜਾਣਾ ਹੋਵੇ, ਬੀਜ ਲੈ ਕੇ ਜਾਣਾ ਹੋਵੇ, ਉਹ ਵੀ ਆ ਟਰਾਲੀ ਦੇ ਵਿੱਚ ਪਾ ਕੇ ਆਪਾਂ ਲੈ ਕੇ ਜਾ ਸਕਦੇ ਹਾਂ। ਇਹ ਜਿਹੜੀ ਜਿਹੜੀ ਟਰਾਲੀ ਹੈਗੀ ਨਾ, ਇਹਦੀ ਚਾਰੋਂ ਪਾਸੇ ਖੁੱਲ ਜਾਂਦੀ ਰਹੀ, ਆਹ ਦੇਖੋ ਇਹਦੇ ਵਿੱਚ ਨਾ ਅਸੀਂ ਟਰਾਲੀ ਬਣਾਈ ਹੈ ਦੂਜੀ, ਆਪਣੀ ਲਿਫਟ ਖੁੱਲਦੀ ਇੱਥੋਂ ਦੀ ਖੋਲ੍ਹਿਆ ਆਪਾਂ, ਇਹਦੇ ਆਪਾਂ ਇੱਧਰੋਂ ਵੀ ਲਓ ਜੀ, ਇੱਧਰੋਂ ਵੀ ਖਾਲੀ ਹੋ ਗਈ। ਅੱਛਾ, ਸਾਰੇ ਪਾਸਿਓਂ ਖੁੱਲਦੀ ਹੈ? ਹਾਂਜੀ ਹਾਂ, ਇਹਨੂੰ ਆਪਾਂ ਚਾਰੋਂ ਪਾਸੋਂ ਖੋਲ੍ਹ ਸਕਦੇ ਹਾਂ, ਇਹ ਟਰਾਲੀ ਜਿਹੜੀ ਹੈਗੀ ਆ ਅੱਧਲੇ ਪਾਸੇ ਵੀ ਖੁੱਲ੍ਹ ਜਾਂਦੇ ਨੇ, ਅਤੇ ਹੋਰ ਇਹਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਕੀ ਹੈ, ਜੇ ਇਹਨੂੰ ਖਾਲੀ ਕਰਨਾ, ਜਿਵੇਂ ਆਪਾਂ ਚਾਰੋਂ ਪਾਸੇ ਖੋਲ੍ਹ ਤੇ, ਆਹ ਲੀਵਰ ਆਪਾਂ ਚੱਕਣਾ ਇੱਥੋਂ ਦੀ ਜਿਹੜੀ ਹੈਗੀ ਆ, ਆਹ ਲਓ ਜੀ ਲੈਫਟ ਵਾਲੀ ਟਰਾਲੀ ਆ, ਓਏ ਐਕਸਲ ਜਿਹੜਾ ਲੱਗਿਆ ਹੋਇਆ ਜੀ ਥੱਲੇ, ਇਹਦੇ ਉੱਤੇ ਕਾਰ ਵਾਲਾ ਐਕਸਲ ਲਾਇਆ ਹੋਇਆ, ਆਪਾਂ ਟਾਇਰ ਵੀ ਮੂਰਤੀ ਵਾਲੇ ਲੱਗੇ ਹੋਏ ਨੇ, ਲੈਫਟ ਵਾਲੀ ਟਰਾਲੀ ਹੈ, ਅਤੇ ਇੱਕ ਆਹ ਟਾਇਰਾਂ ਨੂੰ ਕਾਹਦਾ ਜਾਂਦਾ, ਆਹ ਆਹ ਬ੍ਰੇਕ ਲਾਏ ਹੋਏ ਨੇ ਜੀ, ਇਹ ਟਰਾਲੀ ਨੂੰ ਬ੍ਰੇਕ ਲਾ ਤੇ? ਹਾਂਜੀ ਹਾਂ, ਟਰਾਲੀ ਵਾਲੇ ਬ੍ਰੇਕ ਟਰੈਕਟਰ ਤੋਂ ਲੱਗਣਗੇ? ਨਹੀਂ, ਟਰਾਲੀ ਵਾਲੇ ਇਹਦੇ ਵਿੱਚ ਜੇ ਬੰਦਾ ਉੱਤੋਂ ਲੱਗ ਤੋਂ ਵੀ ਬੈਠ ਕੇ, ਜਿਵੇਂ ਨੂੰ ਨਾ ਆਪਾਂ ਟਰਾਲੀ ਨੂੰ ਇਕੱਲੇ ਟਰੈਕਟਰ ਨਾਲ ਨਹੀਂ ਹੈ, ਜੇ ਆਪਾਂ ਕਿਸੇ ਹੋਰ ਦੇ ਨਾਲ ਆਪਣੇ ਤੁਹਾਡੇ ਕੋਲ ਕੋਈ ਛੋਟਾ ਯੰਤਰ ਹੈ ਮੋਟਰਸਾਈਕਲ ਦੇ ਮਗਰ ਵੀ ਪਾਣੀ ਹੈ, ਤਾਂ ਉਹਦੇ ਨਾਲ ਵੀ ਅਟੈਚ ਹੋ ਗਏ, ਜੇ ਬ੍ਰੇਕ ਅਲੱਗ ਤੋਂ ਦਿੱਤੇ ਹੋਏ ਨੇ। ਹਾਂ ਵੀ ਜੇ ਬਾਈ ਬੰਦਾ ਜੇ ਆਪਾਂ ਨੂੰ ਪਤਾ ਵੀ ਲੋਡ ਆ ਟਰਾਲੀ ਨੂੰ ਬ੍ਰੇਕ ਲਾਉਣੇ ਪੈ ਸਕਦੇ, ਢਾਲ ਆ ਆਹ ਸ਼ੀਟ ਤੇ ਇੱਥੇ ਬੰਦਾ ਬੈਠ ਜੇ, ਆਹ ਇਹਦੇ ਪੈਰਾਂ ਤੇ ਬ੍ਰੇਕ ਆ ਜਾਂਦੀ ਆ। ਓਕੇ ਬਈ, ਬਾਈ ਚਾਂਸ ਬੰਦਾ ਇੱਥੇ ਬਿਠਾ ਕੇ ਲੈ ਜਾਓ, ਜੇ ਢਾਲ ਢੂਲ ਤੋਂ ਉਤਾਰਨੀ ਤਾਂ ਬੰਦਾ ਮਾੜੇ ਜਿਹੇ ਬ੍ਰੇਕ ਲਾਈ ਬੰਦਾ ਆਰਾਮ ਨਾਲ ਅਰੇਂਜ ਕਰਦਾ, ਮਤਲਬ ਇੱਕੋ ਹੀ ਮਸ਼ੀਨਰੀ ਦੇ ਨਾਲ ਕਈ ਕੰਮ ਲਿੱਤੇ ਜਾ ਸਕਦੇ ਨੇਗੇ। ਬਾਕੀ ਜੇ ਬੰਦਾ ਕਹੇ ਵੀ ਭਾਈ ਇਹ ਚੀਜ਼ਾਂ, ਫਿਰ ਦੇਖੋ ਸਵਰਾਜ ਕੰਪਨੀ ਨੇ ਬਣਾਈ ਆ, ਉਹੀ ਤਾਂ ਹੈ ਨੀਗਾ, ਠੀਕ ਹੈ ਜੀ, ਕੰਪਨੀ ਕੋਈ ਵੀ ਚੀਜ਼ ਬਣਾਉਂਦੀ ਹੈ ਤਾਂ ਪਹਿਲਾਂ ਇਹਨੂੰ 10 ਜਗ੍ਹਾ 'ਤੇ ਚਲਾ ਕੇ ਫਿਰ ਇਹਨੂੰ ਬਾਜ਼ਾਰ ਦੇ ਵਿੱਚ ਲਾਂਚ ਕਰਦੇ, ਕਿਉਂਕਿ ਨਹੀਂ ਤਾਂ ਫਿਰ ਕੰਪਨੀ ਦੀ ਵੀ ਇੰਸਲਟ ਬਹੁਤ ਹੁੰਦੀ ਹੈ। ਇਸ ਕਰਕੇ ਬੰਦਾ ਇਹ ਜੱਟ ਇਹ ਬਸ ਭੁੱਲ ਜਾਵੇ, ਇਹਦੀ ਵੀ ਚੀਜ਼ ਜਿਹੜੀ ਹੈਗੀ ਆ ਪੂਰੀ ਜ਼ੋਰ ਲਾ ਕੇ ਨਾ ਆਪਾਂ ਕੰਮ ਕਰ ਸਕਦੇ, ਆਪਾਂ ਤੁਹਾਨੂੰ ਵੀਡੀਓ 'ਚ ਵੀ ਚੱਲਦਾ ਦਿਖਾਵਾਂਗੇ ਕਿੱਦਾਂ ਇਹ ਚੱਲਦਾ। ਟਰੈਕਟਰ ਗੁੱਡੀ ਵਾਲੇ 'ਚ ਟਾਇਰ ਦਿੱਤੇ ਹੋਏ ਨੇ ਪੂਰਾ ਉਵੇਂ ਸਿਸਟਮ, ਮੂਹਰੇ ਦੂਜੇ ਟਾਇਰ ਦਿੱਤੇ ਹੋਏ ਨੇਗੇ, ਬੈਠਣ ਨੂੰ ਸੀਟ ਦਿੱਤਾ ਹੋਇਆ। ਇਹ ਚੀਜ਼ ਜਿਹੜੀ ਹੈਗੀ ਆ, ਜਿਹੜਾ ਬੰਦਾ ਛੋਟੀ ਖੇਤੀ ਜਾਂ ਬਾਗਬਾਨੀ ਕਰਦਾ ਉਹਦੇ ਲਈ ਬਹੁਤ ਹੀ ਵਧੀਆ ਚੀਜ਼ ਹੈ। ਸਬਜ਼ੀ ਸੁਬਜ਼ੀ ਲੋਕ ਅੱਜ ਕੱਲ੍ਹ ਜਿਹੜੇ ਕਣਕ ਝੋਨੇ ਤੋਂ ਹਟ ਕੇ ਸਬਜ਼ੀ ਵਾਲੇ ਪਾਸੇ ਜਾ ਰਹੇ ਆ ਉਹ ਵੀ, ਅਤੇ ਜੇ ਕੋਈ ਚਾਹੁੰਦਾ ਵੀ ਮੈਂ ਕੱਦੂ ਕਰਨਾ ਤਾਂ ਨਾ ਕੱਦੂ ਵੀ ਹੋ ਜਾਂਦਾ ਜੀ। ਹਾਂ, ਜੇ ਇਹਦੇ ਨਾਲ ਟਾਇਰ ਲੱਗਦੇ ਨੇ ਜੀ ਦੂਜੇ ਕੱਦੂ ਵਾਲੇ, ਆਹ ਟਾਇਰ ਬਦਲ ਕੇ ਦੂਜੇ ਕੱਦੂ ਵਾਲੇ ਟਾਇਰ ਲਾਉਂਦੇ, ਆਪਾਂ ਟਰੈਕਟਰਾਂ 'ਚ ਲਾਉਂਦੇ ਹਾਂ ਅਤੇ ਮਗਰ ਰੋਟਾਵੇਟਰ ਨਾਲ ਆਪਾਂ ਕੱਦੂ ਕਰੀ ਚੱਲੋ। ਹਾਂ, ਬੈਡ ਲੱਗ ਜਾਂਦੇ ਫ੍ਰੀ ਤੋਂ, ਉਹ ਜਿਹੜੇ ਕੀ ਕਹਿੰਦੇ, ਹਾਂ ਉਹ ਲੱਗ ਜਾਂਦੇ, ਕੇਜ ਵੀਲ ਕਹਿੰਦੇ ਨੇ ਉਹਨੂੰ ਅੰਗਰੇਜ਼ੀ ਭਾਸ਼ਾ 'ਚ, ਉਹ ਵੀ ਲੱਗ ਜਾਂਦਾ ਇਹਦੇ ਅੰਦਰ। ਸੈਲਫ ਸਟਾਰਟ ਹੈ ਜੀ, ਸੈਲਫ ਸਟਾਰਟ ਆ ਯਾਰ, ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ, ਮਤਲਬ ਕਹਿਣ ਤੋਂ ਭਾਵ ਇਹ ਆ ਵੀ ਇੱਕ ਵਧੀਆ ਸੰਦ ਆ, ਕਾਮਯਾਬ ਸੰਦ ਆ, ਸਸਤਾ ਸੰਦ ਆ, ਸਭ ਤੋਂ ਵਧੀਆ ਗੱਲ ਆ ਵੀ ਦੇਸ਼ ਦਾ ਬਣਿਆ ਹੋਇਆ ਸੰਦ ਆ, ਇਹ 'ਚ ਸਾਰੇ ਦਾ ਸਾਰਾ ਪੈਸਾ ਦੇਸ਼ 'ਚ ਦੇਸ਼ ਦਾ ਲੱਗਿਆ ਹੋਇਆ ਜੀ। ਅਤੇ ਨਾਲੇ ਇੱਕ ਆਪਾਂ ਭਰੋਸਾ ਮੰਨ ਸਕਦੇ ਹਾਂ, ਮਹਿੰਦਰਾ ਸਵਰਾਜ ਦਾ ਭਰੋਸਾ ਇਹਦੇ ਉੱਤੇ, ਕੱਲ੍ਹ ਨੂੰ ਸਰਵਿਸ, ਸਪੇਅਰ ਪਾਰਟ, ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਇਹਦੇ ਵਿੱਚ ਮਿਲਣਗੀਆਂ। ਹਰੇਕ ਚੀਜ਼ ਇਹਦੇ ਵਿੱਚ ਤੁਸੀਂ ਦੇਖੋਗੇ, ਹੈਂਡ ਬ੍ਰੇਕ ਤੋਂ ਲੈ ਕੇ ਹੀਟ ਗਾਰਡ ਤੱਕ ਵੀ ਦਿੱਤਾ ਹੋਇਆ। ਪ੍ਰੀਤ ਦੇਖ ਲਾ ਵੀ ਇੱਥੇ ਵੀ ਯਾਰ ਵੱਡੀ ਕੰਪਨੀ ਆ, ਹੀਟ ਗਾਰਡ ਵੀ ਦਿੱਤਾ ਹੋਇਆ, ਬੈਟਰੀ ਦੀ ਸੁੱਚ ਕੱਟਣ ਵਾਲਾ ਆ ਵੀ ਦਿੱਤਾ ਹੋਇਆ ਜੀ। ਬੈਟਰੀ ਸੁੱਚ ਕੱਟ ਲਓ ਜੀ, ਮੈਂ ਲੰਬਾ ਟਾਈਮ ਰੱਖਣਾ ਆਪਾਂ ਨਹੀਂ ਚਾਹੁੰਦੇ, ਬੈਟਰੀ ਡਾਊਨ ਹੋ ਜਾਵੇ ਉਹ ਵੀ ਕੱਟ ਸਕਦੇ ਹਾਂ। ਐਰ ਏਅਰ ਕਲੀਨਰ ਦਾ, ਸਾਈਕਲੋਨ ਏਅਰ ਕਲੀਨਰ ਦਾ, ਦੇਖੋ ਜੀ ਦਿਮਾਗ ਦੋ ਤਿੰਨ ਕੰਪਨੀਆਂ ਦਾ, ਮਹਿੰਦਰਾ ਦਾ, ਸਵਰਾਜ ਦਾ, ਹੋਂਡਾ ਦਾ, ਠੀਕ ਆ ਜੀ, ਦੋ ਤਿੰਨ ਕੰਪਨੀਆਂ ਨੇ ਮਿਲ ਕੇ ਇਹਨੂੰ ਬਣਾਇਆ। ਉਹ ਤਾਂ ਹੈ ਨੀਗਾ ਵੀ ਉਹ ਦੋਨੋਂ ਤਿੰਨੋਂ ਕੰਪਨੀਆਂ ਕੋਈ ਮਾੜੀ ਤੇੜੀ ਲੁੱਚੀ ਫਿਰਦੀਆਂ, ਇਹ ਤਾਂ ਪੂਰਾ ਦਮਦਾਰ ਚੀਜ਼ ਠੋਕ ਕੇ ਉਹਨਾਂ ਨੇ ਬਣਾਈ ਆ।
ਹਾਂ ਆਪਾਂ ਕਹਿ ਸਕਦੇ ਹਾਂ ਵੀ ਬਾਈ ਇਹ ਸੰਦ ਆਉਣ ਵਾਲੇ ਸਮੇਂ ਦਾ ਭਵਿੱਖ ਦਾ ਸੰਦ ਆ। ਜਾਪਾਨੀ ਦਿਮਾਗ ਹੋ ਗਿਆ, ਹਿੰਦੁਸਤਾਨੀ ਦਿਮਾਗ ਹੋ ਗਿਆ, ਚੀਜ਼ ਉਹਨਾਂ ਨੇ ਜਿਹੜੀ ਹੈਗੀ ਨਾ ਆ ਇੱਧਰ ਇਹਦਾ ਜਿਹੜਾ ਹੈਗਾ ਆਪਣਾ ਪੈਟਰੋਲ ਪਾਉਣ ਦਾ ਦਿੱਤਾ ਹੋਇਆ 10 ਲੀਟਰ ਇਹਦੀ ਟੈਂਕੀ ਆ। ਯਾਰ ਮੈਨੂੰ ਐਂ ਵੀ ਦੱਸੋ ਇਹਦਾ ਕੀ ਤੇਲ ਦੀ ਕੀ ਸ਼ਮਤਾ ਕੀ ਇਹਦੀ ਹੈਗੀ ਆ? ਉਹ ਜਿਹੜੀ ਇਹਦੀ ਹੈਗੀ ਆ ਜੀ ਘੰਟੇ ਦਾ ਜਿਹੜਾ ਹੈਗਾ ਇਹ ਤਕਰੀਬਨ 2 ਕੁ ਲੀਟਰ ਲੈਂਦਾ ਜੀ। ਅੱਛਾ ਘੰਟੇ 'ਚ 2 ਲੀਟਰ ਤੇਲ? ਹਾਂਜੀ ਹਾਂ। ਅਤੇ ਘੰਟੇ 'ਚ ਤਾਂ ਫ੍ਰੀ ਤੇ ਕੱਢ ਦੂ ਘਰ ਤਾਂ, ਇਹ ਯਾਰ ਬਹੁਤ ਚੱਲੂਗਾ ਇਹ। ਉਹ ਜਿਹੜੀ ਦੇਖੋ ਜੀ ਬੰਦਾ ਦੂਜੇ ਨਾਲ ਕਰਦਾ ਖੁਰਪੇ ਨਾਲ ਜਾਂ ਦੂਜੀ ਲੇਬਰ ਬਹੁਤ ਮਹਿੰਗੀ ਪੈ ਜਾਂਦੀ ਹੈ ਜੀ, ਉਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਇਹਨਾਂ ਕਰ ਸਕਦਾ ਕੰਮ। ਇਹ ਯਾਰ ਮੈਂ ਤੁਹਾਨੂੰ ਦੱਸਾਂ ਇਹ ਦੇਖ ਲਈ ਬਾਈ ਹਰਸ਼, ਇਹ ਪਤਾ ਲੋਕਾਂ ਨੇ ਕਿੱਥੇ ਕਿੱਥੇ ਕੰਮ ਲੈਣਾ ਇਹ ਤੋਂ? ਖੇਤੀ ਵਾਸਤੇ ਉਹਨਾਂ ਨੇ ਸੋਚ ਕੇ ਬਣਾਇਆ, ਪਰ ਤੁਸੀਂ ਦੇਖੀ ਇਹ ਲੋਕਾਂ ਨੇ ਦਰਿਆ ਦੇ ਕਿਨਾਰਿਆਂ ਤੇ ਚਲਾਉਣ ਵਾਸਤੇ ਲੈਣਾ ਹੈ ਹੀ ਹੈ ਜੀ। ਹੈਂ ਉਹ ਕਿਹੜੇ ਕਹਿੰਦੇ ਹੁੰਦੇ ਆ, ਕੀ ਕਹਿੰਦੇ ਕਿਹੜੇ ਹੁੰਦੇ ਆ ਉਹ? ਲੋਕ 5-5 ਲੱਖ ਦਾ ਉਹ ਲੈਂਦੇ ਆ, 5-5 ਲੱਖ ਦਾ ਲੈਂਦੇ ਆ, ਇਹ ਜਮੀ ਅੱਧ ਕੀ ਚੌਥੇ ਹਿੱਸੇ ਚ ਆ ਗਿਆ। ਨਾਲੇ ਉਹ ਦੇਸੀ ਨਾਲੇ ਫੇਰ ਕੰਪਨੀ ਦੀ, ਠੀਕ ਆ ਨਾ, ਉਹ ਦੇਸੀ ਜਗਾੜ ਆ ਉਹਨਾਂ ਦਾ ਅਟੈਕ। ਉਹ ਤਾਂ ਜੇ ਮੰਨ ਕੇ ਚੱਲ ਦਮੋ ਦਮ ਹੋ ਜਾਂਦੇ ਆ ਮਾੜਾ ਜਿਹਾ ਉੱਤਰ 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 ਬਾਈ 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 ਮੱਚ ਗਿਆ ਹੋਣ ਲੱਗ ਜਾਂਦੀ ਆ। ਇਹ ਦੇਸੀ ਜਗਾੜ ਆ, ਇਹਨੂੰ ਉੱਚਾ ਕਰਕੇ ਟਾਇਰ ਵੱਡੇ ਪਾ ਲੈਣੇ ਆ ਜਨਤਾ ਨੇ, ਤੇ 3 ਸਪੀਡਾਂ ਇਹਦੀਆਂ, ਤੇ ਇਹਨੇ ਨਿਸ਼ਾ ਕਰ ਦੇਣੀ ਆ। ਫਿਰ ਲੋਕਾਂ ਨੇ ਇਹ ਕੰਮ ਲੈਣਾ, ਫਿਰ ਤੁਸੀਂ ਹੋਰ ਦੇਖਿਓ ਇਹਦੇ ਮਗਰ ਟਰਾਲੀ ਪੈਂਦੀ ਆ। ਇਹ ਜਮਾਂ ਛੋਟੀਆਂ ਤੋਂ ਛੋਟੀਆਂ ਗਲੀਆਂ ਦੇ ਵਿੱਚ ਜਿੱਥੇ ਮੋਟਰਸਾਈਕਲ ਜਾਂਦਾ, ਲੋਕਾਂ ਨੂੰ ਸਬਜ਼ੀ ਵੇਚਣ ਨੂੰ ਵੀ ਕੰਮ ਦੇਊਗਾ। ਉਹ ਤਾਂ ਹੈਗਾ ਹੀ ਹੈ ਜੀ। ਲੋਕਾਂ ਨੂੰ ਭਾਰ ਦੀ ਢੋਆ ਢਵਾਈ, ਕਿਸੇ ਨੇ ਸੀਮੈਂਟ ਢੋਣਾ, ਕਿਸੇ ਨੇ ਕੋਈ ਚੀਜ਼ ਢੋਣੀ ਆ, ਛੋਟੀਆਂ ਚੀਜ਼ਾਂ ਸਹੀ ਗੱਲ ਹੈ ਜੀ ਢੋਣ ਵਾਸਤੇ, ਜਿਵੇਂ ਸਾਡੇ ਸ਼ਹਿਰ ਦੀਆਂ ਗਲੀਆਂ ਹੁੰਦੀਆਂ, ਸ਼ਹਿਰ ਦੀਆਂ ਗਲੀਆਂ ਤੋਂ ਕੂੜਾ ਚੱਕਣ ਵਾਸਤੇ, ਹੋਰ ਇਸ ਤਰ੍ਹਾਂ ਦੀਆਂ ਇਹ ਬਹੁਤ ਸਾਰੇ ਕੰਮ ਦੇ ਦਿੰਦਾ ਕੰਪਨੀ ਨੇ। ਜੋ ਸੋਚਿਆ ਨਹੀਂ ਗਾ ਯਾਰ ਬੰਦਾ ਜਿਹੜਾ ਸਾਹਮਣੇ ਦੇਖੀ ਜਾਂਦਾ, ਉਹ ਸੋਚੀ ਜਾਂਦਾ ਮੈਨੂੰ ਆਹ ਕੰਮ ਦੇ ਸਕਦਾ। ਉਹ ਤਾਂ ਹੈ ਜੀ, ਉਹਨੂੰ ਆਪਣੀ ਲੋੜ ਦੇ ਹਿਸਾਬ ਨਾਲ ਉਹਨੂੰ ਚੀਜ਼ ਸਮਝ ਆ ਜਾਂਦੀ ਵੀ ਆਹ ਚੀਜ਼ ਮੇਰੀ ਜਿਹੜੀ ਆਹ ਲੋੜ ਆ ਨਾ, ਜਿਹੜਾ ਜਿਹਦੇ ਵਾਸਤੇ ਮੈਂ ਲੱਭਦਾ ਫਿਰਦਾ ਆ ਜਾਂਦਾ, ਸਭ ਤੋਂ ਵਧੀਆ ਘੱਟ ਏਰੀਏ 'ਚ ਚੱਲ ਜਾਂਦਾ ਜੀ। ਹਾਂ 3 ਫੁੱਟ ਦੇ ਵਿੱਚ ਘੁਸ ਜਾਂਦਾ ਕਿਤੇ ਯਾਰ। ਸੇਮ ਇਹ ਜੇ ਇਹਦੀ ਚੜਾਈ ਦੇਖੀਏ ਤਾਂ ਤਕਰੀਬਨ ਬੁਲਟ ਮੋਟਰਸਾਈਕਲ ਦੇ ਹੈਂਡਲ ਦੀ ਚੜਾਈ ਦੇਖੀਏ ਤਾਂ ਇਹ ਸੇਮ ਬੁਲਟ ਮੋਟਰਸਾਈਕਲ ਦੇ ਹੈਂਡਲ ਜਿੰਨਾ ਹੀ ਚੌੜਾ। ਹਾਂਜੀ ਹਾਂ, ਕਿਉਂਕਿ ਇਹਦਾ ਜਿਹੜਾ ਆਹ ਹੈਂਡਲ ਆ ਇਹ ਤਕਰੀਬਨ ਬੁਲਟ ਜਿੰਨਾ, ਤੇ ਇਹ ਇੰਨਾ ਕੀ ਚੌੜਾ, ਇੰਨਾ ਕੀ ਚੌੜਾ ਜੀ। ਮਤਲਬ ਜਿੱਥੇ ਮੋਟਰਸਾਈਕਲ ਜਾ ਰਿਹਾ ਉੱਥੇ ਜਾ ਰਿਹਾ ਹੈ। ਉਹ ਤਾਂ ਹਾਂ ਸਹੀ ਗੱਲ ਹੈ ਜੀ, ਜਿੱਥੇ ਮੋਟਰਸਾਈਕਲ ਤੁਹਾਡਾ ਘੁਸ ਸਕਦਾ ਉੱਥੇ ਇਹਨੇ ਘੁਸ ਜਾਣਾ। ਹਾਂ ਉੱਥੇ ਜਾ ਰਿਹਾ, ਤਾਂ ਇਹਦਾ ਮਤਲਬ ਇਹ ਆ ਵੀ ਇਹ ਸ਼ਹਿਰ ਦੀ ਹਰੇਕ ਗਲੀ ਹਰੇਕ ਘਰੇ ਇੱਕ ਭਾਰ ਢੋ ਕੇ ਜਾ ਸਕਦਾ। ਅਤੇ ਜਿਹੜੇ ਆਮ ਕਿਸਾਨ ਆ, ਜਿਹੜੇ ਛੋਟੀ ਖੇਤੀ ਕਰਦੇ ਆ, ਬੋਰੀਏ ਸਿੱਖ ਸਬਜ਼ੀ ਦੀ ਜ਼ਿਆਦਾ ਖੇਤੀ ਕਰਦੇ ਆ ਆਪਣੇ, ਤਾਂ ਉਹਨਾਂ ਦੇ ਮੈਂ ਨਾ ਸਭ ਤੋਂ ਘੈਂਟ, ਕਿਉਂਕਿ ਸਬਸਿਡੀ ਵੀ ਉਹਨਾਂ ਲਈ ਇਹ ਸਪੈਸ਼ਲ ਆ, ਤਾਂ ਉਹਨਾਂ ਲਈ ਇਹ ਬਹੁਤ ਕਮਾਲ ਆ। ਤੁਹਾਨੂੰ ਨੰਬਰ ਇੱਕ ਸਕਰੀਨ 'ਤੇ ਦਿਖਾਈ ਦੇ ਰਿਹਾ ਸੱਜਣੋ, ਜੇ ਕਿਸੇ ਨੂੰ ਪਾਰਟਸ ਵੀ ਦੀ ਵੀ ਲੋੜ ਹੋਈ ਤਾਂ ਪਾਰਟਸ ਵੀ ਇਹਦਾ ਤੁਹਾਨੂੰ ਪਤਾ ਵੀ ਹਰੇਕ, ਜਿਵੇਂ ਨਾ ਇਹਦੇ ਬਾਰੇ ਤਾਂ ਸਵਰਾਜ ਬਾਰੇ ਤਾਂ ਇਹ ਗੱਲ ਕਹੀ ਜਾਂਦੀ ਆ ਵੀ ਇਹਨਾਂ ਦਾ ਤਾਂ ਕਰਿਆਨੇ ਵਾਲੀ ਦੁਕਾਨ ਤੋਂ ਸਮਾਨ ਮਿਲ ਜਾਂਦਾ ਹੈ ਨਾ, ਤਾਂ ਇਹਨਾਂ ਦਾ ਤਾਂ ਸਮਾਨ ਤੁਹਾਨੂੰ ਪਾਰਸ ਤਾਂ ਇਹਨਾਂ ਨੂੰ ਹਰੇਕ ਡੀਲਰ ਤੋਂ ਮਿਲ ਹੀ ਜਾਂਦਾ। ਗੱਡੀ ਦੇ ਵਾਸਤੇ ਮਰੂਤੀ ਕਹਿੰਦੇ ਨੇ ਜੀ, ਟਰੈਕਟਰਾਂ ਵਾਸਤੇ ਸਵਰਾਜ ਕਹਿੰਦੇ ਵੀ, ਜਿੱਥੋਂ ਮਰਜ਼ੀ ਇਹਦਾ ਪੁਰਜਾ ਲੈ ਲਓ, ਜਿੱਥੇ ਮਰਜ਼ੀ ਇਹਦਾ ਸਰਵਿਸ ਸੈਂਟਰ ਲੱਭ ਲਓ, ਸਭ ਪਾਸੇ ਇਹਦਾ ਮਿਲ ਜਾਂਦਾ, ਇਹਦਾ ਹਿੱਲਾ ਹੈਗਾ ਸਾਰੇ ਪਾਸੇ। ਹਾਂ ਤੇ ਇਹਨੂੰ ਵੀਰਾ ਕੀ ਦੱਸਦੇ, ਜੈਸ ਮਸ਼ੀਨ ਕਹਿੰਦੇ ਇਹਨੂੰ, ਜਿਹੜੇ ਕੰਪਨੀਆਂ ਦੇ ਜੀ ਇਹਨੂੰ ਜੈਸ ਮਸ਼ੀਨ ਕਹਿੰਦੇ ਆ। ਮੈਂ ਉਹਨਾਂ ਨੂੰ ਪੁੱਛਿਆ ਜੀ, ਮੈਂ ਕਿਹਾ ਜੀ ਜੈਸ ਕਾਹਨੂੰ ਕਹਿੰਦੇ ਆ, ਕਹਿੰਦੇ ਤੁਸੀਂ ਕੋਈ ਨਾਂ ਵਾਲੀ ਗੱਲ ਕਰੋ ਵੀ ਜਿਹੜੀ ਇਹ ਚੀਜ਼ ਨਹੀਂ ਕਰ ਸਕਦਾ, ਵੀ ਤੁਸੀਂ ਦੱਸੋ ਜੀ ਕਿ ਆਹ ਕਰ ਲੂਗਾ ਤੇ ਅਸੀਂ ਨਾ ਕਹਿ ਦੇ ਤਾਂ ਕਹੀਓ ਤੁਸੀਂ, ਕਿ ਜੈਸ ਜੈਸ ਅਸੀਂ ਮੁੰਡੀ ਲਾਈ ਜਾਂਦੀ ਜੈਸ ਜੈਸ ਕਰਕੇ ਜੀ, ਜੈਸ ਜੈਸ ਹੀ ਹੈ ਇਹਦੀ, ਕਿਸੇ ਪਾਸੇ ਉਹ ਨਾਂ ਨਹੀਂ ਗੀ। ਤੇ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਦਿਸਦਾ ਉੱਥੇ ਵੀ ਜੇ ਤੁਸੀਂ 2 ਮੰਗਣੇ 4 ਮੰਗਣੇ ਇਧਰੋਂ ਵੀ ਜੈਸ ਹੀ ਆ,
ਕੋਈ ਚੱਕਰ ਨਹੀਂਗਾ ਤੁਸੀਂ ਪੰਜਾਬ ਤੋਂ ਬਾਹਰ ਲੈ ਕੇ ਜਾਣਾ, ਪੰਜਾਬ ਦੇ ਅੰਦਰ ਚਾਹੀਦਾ, ਜਿੱਥੇ ਮਰਜ਼ੀ ਤੁਹਾਨੂੰ ਚਾਹੀਦਾ, ਚਾਹੇ ਤੁਹਾਨੂੰ ਚਾਹੀਦਾ ਜਲੰਧਰ, ਚਾਹੇ ਫਗਵਾੜੇ, ਚਾਹੇ ਤੁਹਾਨੂੰ ਚਾਹੀਦਾ ਅੰਮ੍ਰਿਤਸਰ, ਚਾਹੇ ਤੁਹਾਨੂੰ ਚਾਹੀਦਾ ਆਪਣਾ ਮੋਗਾ, ਹੁਸ਼ਿਆਰਪੁਰ, ਜੇ ਤੁਹਾਨੂੰ ਕਿਤੇ ਹੋਰ ਵੀ ਪਾਸੇ ਚਾਹੀਦਾ, ਇੰਡੀਆ ਤੋਂ ਬਾਹਰ ਵੀ ਚਾਹੀਦਾ, ਉੱਥੇ ਵੀ ਪਹੁੰਚ ਜੂਗਾ। ਆਪਣੇ ਕੋਲ ਸਭ ਸਿਸਟਮ ਹੈਗੇ ਨੇ, ਸਾਡੀ ਕੰਪਨੀ ਕੋਲ ਸਾਰੀ ਟਰਾਂਸਪੋਰਟੇਸ਼ਨ ਦਾ ਸਿਸਟਮ ਹੈਗਾ, ਤੁਹਾਨੂੰ ਉਹਦੇ ਵਾਸਤੇ ਸੋਚਣ ਦੀ ਲੋੜ ਨਹੀਂ ਵੀ ਭਾਈ ਮੈਨੂੰ ਕੋਈ ਹੋਰ ਸਿਸਟਮ ਕਰਨਾ ਪਊ, ਕਿੱਦਾਂ ਜਾਊ, ਕਿੱਦਾਂ ਕਰੂ, ਸਭ ਚੀਜ਼ਾਂ ਹੋ ਜਾਣਗੀਆਂ। ਸਾਡੀ ਉਸ ਚੀਜ਼ ਨੂੰ ਵੀ ਯੈਸ ਹੈ। ਹਾਂ, ਬਹੁਤ ਮਿਹਰਬਾਨੀ ਬਾਈ ਜੀ। ਅਤੇ ਤੁਹਾਨੂੰ ਜੇ ਤੁਸੀਂ ਆ ਕੇ ਵੇਖਣਾ, ਚਲਾ ਕੇ ਵੇਖਣਾ, ਤਾਂ ਤੁਸੀਂ ਨਾ ਗਿੱਲ ਪਿੰਡ ਦੇ ਵਿੱਚ ਆ ਜਾਓ, ਲੁਧਿਆਣੇ ਗਿੱਲ ਪਿੰਡ ਦੇ ਵਿੱਚ ਆ ਜਾਓ। ਉੱਥੇ ਇਹਨਾਂ ਦਾ ਆਪਾਂ ਕਹਿ ਸਕਦੇ ਵੀ ਸੈਂਟਰ ਆ, ਜਿੱਥੋਂ ਇਹ ਮਿਲਦੇ ਆ ਕੇ ਤੁਸੀਂ ਚਲਾ ਕੇ ਦੇਖ ਸਕਦੇ ਆ। ਵੀਰੇ ਹੁਣਾਂ ਦਾ ਨੰਬਰ ਤੁਹਾਨੂੰ ਸਕਰੀਨ 'ਤੇ ਦਿਖਾਈ ਦੇ ਰਿਹਾ, ਕੋਈ ਵੀ ਅਟੈਚਮੈਂਟ ਲੈਣੀ ਹੋਈ, ਕੁਛ ਵੀ ਲੈਣਾ ਹੋਇਆ, ਬਾਈ ਹੁਣਾਂ ਨੂੰ ਯਾਦ ਕਰ ਲਓ, ਨੰਬਰ ਸਕਰੀਨ 'ਤੇ ਦਿਖਾਈ ਦੇ ਰਿਹਾ। ਵੀਡੀਓ ਨੂੰ ਸ਼ੇਅਰ ਕਰ ਦਿਓ, ਕਿਸਾਨਾਂ ਤੱਕ ਪਹੁੰਚਦੀ ਕਰ ਦਿਓ, ਸਾਰਿਆਂ ਤੱਕ।